ਤੇ ਜਦੋਂ ਤੁਸੀਂ ਕੁਸ਼ਤੀ ਉਹ ਕਿਹੜਾ ਸਮਾਂ ਸੀਗਾ ਜਦੋਂ ਤੁਹਾਨੂੰ ਲੱਗਿਆ ਕਿ ਕੁਸ਼ਤੀ 'ਚ ਮੈਂ ਆਪਣਾ ਨਾਮ ਬਣਾ ਸਕਦਾ? ਇੱਕ ਆਉਂਦੀ ਨਾ ਟ੍ਰਿਗਰ ਆਉਂਦੀ ਹੈ, ਹਾਂਜੀ, ਜਿਵੇਂ ਮਤਲਬ ਵੀ ਕਿਸੇ ਬੰਦੇ ਨੇ ਕਿਸੇ ਵੱਡੇ ਪਲੇਅਰ ਨੂੰ ਆਊਟ ਕੀਤਾ, ਜਦੋਂ ਅਲਾਂਗੇ ਨੇ ਆਊਟ ਕੀਤਾ ਸਚਿਨ ਨੂੰ, ਹਾਂਜੀ ਹਾਂਜੀ, ਵਰਲਡ ਕੱਪ 1999 ਦੇ ਵਿੱਚ, ਤਾਂ ਉਹਨੂੰ ਲੱਗਿਆ ਕਿ ਮੈਂ ਦੁਨੀਆ 'ਤੇ ਨਿਸ਼ਾ ਜੂੰਗਾ, ਹਾਂਜੀ, ਮੈਂ ਕੁਛ ਨਾ ਕੁਛ ਵਧੀਆ ਕਰੂੰਗਾ ਅਤੇ ਨਾਮ ਨਾ ਖੱਟ ਲੂੰਗਾ ਮੈਂ ਉਸ ਕ੍ਰਿਕਟ ਦੇ ਵਿੱਚ। ਇਸ ਤਰ੍ਹਾਂ ਦੀ ਉਹ ਕਿਹੜੀ ਕੁਸ਼ਤੀ ਸੀ ਜਦੋਂ ਬਾਅਦ ਲੱਗਿਆ ਯਾਰ ਬੇਸ਼ੱਕ ਤੁਸੀਂ ਹਾਰ ਰਹੇ ਹੋ ਜਾਂ ਜਿੱਤੇ ਹੋ, ਗੱਲ ਡਿਫਰੈਂਟ ਆ, ਜਦੋਂ ਲੱਗੇ ਵੀ ਯਾਰ ਹਾਂ? ਇਹ ਤਾਂ ਭਾਈ ਮੈਂ ਨਾ ਵੀ ਚਲੋ ਪਹਿਲਾਂ ਤਾਂ ਠੀਕ, 2016 ਤੋਂ ਜਿਸ ਤਰ੍ਹਾਂ ਮੇਰੀਆਂ ਵਧੀਆ ਕੁਸ਼ਤੀਆਂ ਹੋਣ ਲੱਗ ਪਈਆਂ, 2016 ਤੋਂ ਮੈਨੂੰ ਵਧੀਆ ਲੱਗਣ ਲੱਗ ਪਿਆ ਇਹ ਵੀ ਇੱਕ ਜਿੱਦਾਂ ਲਾ ਲਓ ਸ਼ੁਰੂ 'ਚ ਹੀ ਹੁੰਦਾ ਵੀ ਭਾਵੇਂ ਮੈਂ ਹੈ ਛੋਟਾ ਹਾਂ ਵਧੀਆ ਵੀ ਜਿਵੇਂ ਭਲਵਾਨ ਹੋਣੀ ਵੀ ਪਦਾਰਥ ਭਲਵਾਨ ਵੀ ਕਹਿ ਦਿੰਦਾ ਸੀ ਵੀ ਇੱਥੇ ਧਿਆਨ ਦਓ ਥੋੜ੍ਹਾ ਜਿਹਾ ਵੀ ਮੁੰਡਾ ਬਣਨ ਵਾਲਾ ਹੈ ਅਤੇ ਮਤਲਬ ਪਹਿਲੇ ਦਿਨੋਂ ਘੋਲਣਾ ਘਲਣਾ ਕਲਾ ਹੈਗੀ ਸੀ ਅਤੇ 2016 ਤੋਂ ਜਿਸ ਤਰ੍ਹਾਂ ਮਤਲਬ ਵਧੀਆ ਮੈਂ ਜਿਹੜੀਆਂ ਸਪੈਸ਼ਲ ਜੋੜਾਂ ਕਹਿ ਦਿੰਦੇ ਇਹਦੇ ਵਿੱਚ ਆ ਗਿਆ। ਫਿਰ ਮੈਂ 2000 ਇਹਦੀ ਮੇਰੇ ਸਾਹਮਣੇ ਹਾਂ 17 'ਚ ਪੂਰਾ ਮਤਲਬ ਵੀ ਠੀਕ ਹੋ ਗਿਆ ਜਦੋਂ ਪਹਿਲਾਂ ਮੈਂ ਮੋਟਰਸਾਈਕਲ ਜਿੱਤਿਆ ਮਾਛੀਵਾੜੇ ਲਾਗੇ, ਉਦੋਂ ਇੱਕ ਅਖਾੜਾ ਹੈ ਪੀਰ ਬਾਬਾ ਫਲਾਈ ਬਾਬੇ ਦੀਪੇ ਦਾ, ਉਹ ਕਾਫੀ ਛਿੰਝਾਂ ਕਰਾਉਂਦੇ ਆ ਅਤੇ ਚਲੋ ਉਹਨਾਂ ਦਾ ਵੀ ਵਧੀਆ ਯੋਗਦਾਨ ਆ ਕਿਉਂਕਿ ਉਦੋਂ ਮੈਂ ਬਾਬਾ ਜੀ ਕੋਲ ਚੱਲ ਗਿਆ ਹਾਂ ਅਤੇ ਮੈਂ ਉਹਨਾਂ ਹੀ ਉਦੋਂ ਉਹ ਟਾਈਮ ਨਾ ਮੇਰੀਆਂ 2 ਬੜੀਆਂ ਕੁਸ਼ਤੀਆਂ ਕਰਾਈਆਂ ਉੱਥੇ ਲਾਗੇ ਲਾਗੇ ਪਾਸੇ ਵੀ ਜ਼ਿਆਦਾ ਨਾਮ ਮੇਰਾ ਉੱਥੋਂ ਹੀ ਆਉਣਾ ਸ਼ੁਰੂ ਹੋਇਆ। ਉਦੋਂ ਮੇਰੀ ਉੱਥੇ ਲੱਗ ਗਈ ਇੱਕ ਪਿੰਡ ਹੈ ਮਾਛੀਵਾੜ ਦੇ, ਉੱਥੇ ਮੋਟਰਸਾਈਕਲ 'ਤੇ ਕੁਸ਼ਤੀ, ਪਹਿਲਾ ਮੋਟਰਸਾਈਕਲ ਮੈਂ ਉੱਥੋਂ ਜਿੱਤਿਆ। ਫਿਰ ਉਹ ਤੋਂ ਬਾਅਦ 'ਚ ਫਿਰ ਮੈਂ ਚੜ੍ਹਦਾ ਗਿਆ ਅਤੇ 17 'ਚ ਮਤਲਬ ਕਾਫੀ ਫਿਰ, ਪਰ 17 'ਚ ਕੀ ਹੋਇਆ ਵੀ ਲਾਸਟ 'ਤੇ ਨਾ ਜਦੋਂ ਛਿੰਝਾਂ ਮੁੱਕ ਗਈਆਂ ਮੇਰੇ ਨਾ ਜਿਵੇਂ ਵਿੱਚ ਲੱਕ 'ਚ ਸੱਟ ਲੱਗ ਗਈ ਅਤੇ ਉਹ ਲੱਕ ਮੇਰਾ ਮਤਲਬ ਮਾੜਾ ਪੀੜ ਹੋਣਾ, ਮੈਂ ਸੋਚਿਆ ਮਾੜਾ ਮੋਟਾ ਇੱਦਾਂ ਘੁਲਦੇ ਘੁਲਦੇ ਰਹੇ। ਫਿਰ ਜਿਸ ਤਰ੍ਹਾਂ ਮੰਨ ਲਓ ਸਿਆਲ ਲੰਘ ਗਿਆ, ਸਿਆਲ ਲੰਘਣ ਤੋਂ ਬਾਅਦ ਦੇ ਵਿੱਚ ਸਿਆਲ 'ਚ ਬਹੁਤਾ ਜ਼ਿਆਦਾ ਤੰਗ ਹੋ ਗਿਆ, ਮਤਲਬ ਵੀ ਇੱਦਾਂ ਵਾ ਜਿੱਦਾਂ ਖਲੋਤੇ ਹਾਂ ਖਲੋਤਾ ਬਣਾ ਜਾਵੇ, ਖੜਿਆ ਬਣਾ ਜਾਵੇ, ਗੱਡੀ ਵੀ ਨਹੀਂ ਮੈਂ ਚਲਾ ਸਕਦਾ ਅਤੇ ਫਿਰ ਨਾ ਮੈਂ ਕਿਹਾ ਵੀ ਬੜੀ ਗੱਲ ਗਲਤ ਹੋ ਗਈ ਹੈ। ਉਹ ਤੋਂ ਬਾਅਦ ਦੇ ਵਿੱਚ ਨਾ ਆਪਾਂ ਵੀ ਕਿਸੇ ਡਾਕਟਰ ਕੋਲ ਵੀ ਜਿੱਥੇ ਕਿਸੇ ਨੇ ਕਹਿਣਾ ਵੀ ਫਲਾਣੇ ਸਾਂ ਡਾਕਟਰ ਆ ਡਾਕਟਰ ਤੋਂ ਚੱਲ ਜਾਓ, ਆ ਫਲਾਣੇ ਦਾ ਮਲਣ ਵਾਲਾ ਮਲਣ ਵਾਲੇ ਤੋਂ ਚੱਲ ਜਾਓ, ਕਿਸੇ ਨੇ ਮਲ ਦੇਣਾ ਕਿਸੇ ਨੇ ਦਵਾ ਦੇ ਦੇਣੀ, ਫਿਰ ਡਾਕਟਰਾਂ ਦੀ ਸਲਾਹ ਲੈਣੀ ਅਤੇ ਡਾਕਟਰਾਂ MRI ਵੇਖ ਕੇ ਕਹਿ ਦੇਣਾ ਵੀ ਤੇਰਾ ਮਣਕਣਾ ਜਿਹੜਾ ਨਾ ਸਾਈਡ 'ਤੇ ਹੋ ਗਿਆ, ਇਹਦਾ ਇਹ ਆ ਵੀ ਤੇਰਾ ਕੋਈ ਹੱਲ ਨਹੀਂ ਹੋ ਸਕਦਾ ਹੁਣ, ਤੈਨੂੰ ਨਾ ਭਲਵਾਨੀ ਇਹ ਛੱਡਣੀ ਪੈਣੀ ਆ ਕਿਉਂਕਿ ਇਹ ਜਦੋਂ ਵੀ ਤੂੰ ਕੋਈ ਭਾਰ ਚੁੱਕੇਗਾ ਤੇਰਾ ਮਣਕਣਾ ਸਾਈਡ 'ਤੇ ਜਾਊ ਜਾਊ ਅਤੇ ਭਲਵਾਨੀ ਮਤਲਬ ਹੈ ਲੱਕ 'ਚ। ਹਾਂ ਲੱਕ 'ਚ ਉਹ ਕਹਿੰਦੇ ਵੀ ਜੇ ਤੇਰੇ ਆਪਾਂ ਆਪਰੇਸ਼ਨ ਕਰਦੇ ਨੇ ਲੱਕ ਦਾ, ਲੱਕ 'ਚ ਪੇਚ ਕੱਸ ਦਿੰਦੇ ਆ ਮਣਕਣੇ ਤਾਂ, ਪਰ ਜੇ ਤੂੰ ਫਿਰ ਵੀ ਘੁਲਿਆ ਜਦੋਂ ਤੂੰ ਭਾਰ ਚੁੱਕੇਗਾ ਕੁਛ ਉਹ ਪੇਜ ਵੀ ਟੁੱਟ ਜਾਣਾ, ਓਕੇ, ਫਿਰ ਥੋੜ੍ਹਾ ਕੰਮ ਹੋਰ ਵਿਗੜ ਜਾਣਾ ਭਲਵਾਨੀ ਦਾ ਔਖਾ। ਫਿਰ ਉਹ ਟਾਈਮ 'ਤੇ ਨਾ ਮੇਰਾ ਬੜਾ ਮਨ ਟੁੱਟਾ ਵੀ ਨਹੀਂ ਯਾਰ ਹੁਣ ਵੀ ਇੱਕ ਸੁਪਨਾ ਜਾ ਰਿਹਾ, ਸੁਪਨਾ ਵੀ ਇੱਕ ਤਾਂ ਉਦੋਂ ਹੀ ਬਣਨਾ ਸ਼ੁਰੂ ਹੋਇਆ, ਮੈਂ ਉਮਰ ਵੀ ਛੋਟੀ ਹੈ ਜੀ ਅਤੇ ਅਜੇ ਤਾਂ ਬਣਨਾ ਸੀ ਅਤੇ ਪਹਿਲਾਂ ਹੀ ਭਰਾ ਕੰਮ ਹੋ ਗਿਆ, ਕੰਮ ਬੜਾ ਔਖਾ ਹੋ ਗਿਆ। ਚਲੋ ਫਿਰ ਆਪਾਂ ਇੱਦਾਂ ਰੈਸਟ ਕਰੋ, ਦਿਲ 'ਚ ਨਹੀਂ ਆਈ ਵੀ ਰੱਬਾ ਜਿਹੜਾ ਤੂੰ ਇਹ ਨੁਕਸ ਪਾਉਣਾ 5 ਸਾਲ ਬਾਅਦ 'ਚ ਪਾ ਦੀ, ਚਾਹ ਤਾਂ ਪੂਰਾ ਹੋ ਜੇ। ਨਹੀਂ ਚਲੋ ਉਦੋਂ ਤਾਂ ਇਹੋ ਹੀ ਆਉਂਦਾ ਵੀ ਮਹਾਰਾਜ ਤੂੰ ਇਹ ਕਿਹੜਾ ਕੰਮ ਕੀਤਾ ਅਤੇ ਇਹ ਆ ਵੀ ਫਿਰ ਆਪਣੇ ਰੈਸਟ ਰੁਸਟ ਕਰਦੇ ਰਹੇ ਹੌਲੀ ਹੌਲੀ ਹੌਲੀ, ਸਹੀ ਹੁੰਦਾ ਮਹਾਰਾਜ ਨੇ ਚਲੋ ਫਿਰ ਸੁਣੀ, ਫਿਰ ਸਹੀ ਹੋ ਗਿਆ, ਫਿਰ 18 'ਚ ਵੀ ਘੁਲਿਆ, ਫਿਰ 19 'ਚ ਤਾਂ ਮੈਂ ਪੂਰਾ ਜਿਸ ਤਰ੍ਹਾਂ 21 ਨੰਬਰ 'ਤੇ, 18 ਦੇ ਲਾਸਟ 'ਤੇ 1 ਤਾਂ ਆ ਗਿਆ, 19 'ਚ ਪੂਰਾ ਤਕੜਾ ਹੋ ਗਿਆ ਹਾਂ। 19 'ਚ ਫਿਰ ਸਾਰੇ ਭਲਵਾਨਾਂ ਨਾਲ ਘੁਲਿਆ, ਸਾਰੇ ਨਾਮ ਵੀ ਜਿੱਤੇ, ਮੱਝਾਂ ਝੋਟੀਆਂ ਛੋਟੇ ਮੋਟਰਸਾਈਕਲ ਬੁਲਟ ਮੋਟਰਸਾਈਕਲ, ਫਿਰ 20 'ਚ ਵੀ ਘੁਲੇ, 20 'ਚ ਫਿਰ ਲਾਕਡਾਊਨ ਆ ਗਿਆ, ਫਿਰ 21 'ਚ ਵੀ ਘੁਲਦੇ ਰਹੇ, 22 'ਚ ਵੀ ਘੁਲਦੇ। ਜਦੋਂ ਫਿਰ ਮੱਝ ਜਿੱਤੀ, ਹਾਂਜੀ, ਉਦੋਂ ਫਿਰ ਇੱਕ ਕਿਉਂਕਿ ਮੱਝਾਂ ਹੈ ਨਾ ਜਦੋਂ ਮਾਤਾ ਘਰ ਲੈ ਕੇ ਆਏ ਹੋਵੇ ਜੀ ਅਤੇ ਉਹ ਮਾਤਾ ਨੇ ਧਾਰਾਂ ਕੱਢੀਆਂ ਹੋਣੀਆਂ, ਉਹ ਇੱਕ ਅਲੱਗ ਉਹ ਜਲੌ ਕੀ ਸੀ, ਕਿਵੇਂ ਸੀ? ਹਾਂ ਚਲੋ ਘਰਦਿਆਂ ਨੂੰ ਬੜੀ ਖੁਸ਼ੀ ਹੁੰਦੀ ਆ ਵੀ ਕਿਉਂਕਿ ਇੱਕ ਬੜਾ ਚਾਅ ਹੁੰਦਾ ਹਰ ਕਿਸੇ ਨੂੰ ਵੀ ਆਪਣਾ ਨਾਮ ਜਿੱਤੇ ਪੁੱਤ, ਅਤੇ ਜਿੱਦਾਂ ਹੁਣ ਮੰਨ ਲਓ ਵੀ ਹੁਣ ਤਾਂ ਰੋਜ਼ ਨਾਮ ਜਿੱਤੀ ਦੇ ਆ, ਫਿਰ ਇੱਕ ਮੈਂ ਸਭ ਤੋਂ ਪਹਿਲੀ ਵਾਰ ਜਿਹੜਾ ਬੁਲਟ ਮੋਟਰਸਾਈਕਲ ਜਿੱਤਿਆ ਸੀ ਉਹ ਰੂਪ ਵੱਲੋਂ ਜਿੱਤਿਆ ਮੈਂ, ਅਤੇ ਉਹ ਮੈਂ ਖੜਿਆ ਸੀ, ਉਹ ਕੋਲ ਹੈ ਮੇਰੇ ਅੱਜ ਵੀ। ਅਤੇ ਬਾਕੀ ਇਹ ਆ ਵੀ ਮੈਂ ਤਾਂ ਇਹੋ ਕਹਿੰਦਾ ਵੀ ਮਿਹਨਤ ਕਰੋ, ਕੋਈ ਵੀ ਸੱਚੇ ਦਿਲੋਂ ਕਰੋ। ਹੁਣ ਅਸੀਂ ਵੀ ਕੋਈ ਐਡੇ ਵੱਡੇ ਪਰਿਵਾਰਾਂ 'ਚੋਂ ਨਹੀਂ ਹਾਂ, ਸਧਾਰਨ ਜਿਹੇ ਪਰਿਵਾਰ 'ਚੋਂ ਹਾਂ, ਅਤੇ ਭਲਵਾਨੀ ਨੇ ਬਹੁਤ ਕੁਝ ਦਿੱਤਾ ਸਾਨੂੰ, ਬਹੁਤ ਕੁਝ ਹੀ। ਜਿੱਦਾਂ ਲਾ ਲਓ ਭਾਜੀ ਪਹਿਲਾਂ ਮੈਂ ਖਾੜੇ ਦੇ ਵਿੱਚ ਬੱਸਾਂ 'ਤੇ ਆਇਆ, ਇੱਥੇ ਰਹਿੰਦਾ ਹਾਂ, ਫਿਰ ਮੈਂ ਹੌਲੀ ਹੌਲੀ ਆਪਣਾ ਜਿੰਨ ਗੱਡੀ ਲਈ,
जिन गड्डी फिर मैं जिन गड्डी ते भलवानी करता रहा। फिर मैं स्विफ्ट ली, स्विफ्ट लैन तो बाद च फिर मैं तो नोवा गड्डी ही, हूँ नोवा तो बाद हूँ मैं तो स्कॉर्पियो गड्डी जी आ लगी। ये भी जीती है कि खरीदी है? खरीदी मैं अपने पैसों की। हूँ ला लो भी जिदा 22-23 लाख की मैं गड्डी रखी है, तो पैसे की ला लो भी जो आप ला लो कहने शौक हों मैं खा ला मैं पी ला वो भी सारे भलवानी तो पूरे किए घरद भी जो कुछ ही उन्होंने भी सब कुछ पूरा करके दिता, ना बना के दिता भी पैसा धेला घर भी वरतन दिता, किसी चीज़ की कमी नहीं आन दिती, ना मान लो इन्ना ज़्यादा बनिया। अज जो आप बहर अंदर जाने लोग कहते हैं कि यार तू धर्मेंद्र घवाली है, हाँ इस वास्त की होंगे भी जोड़े ला लो अफसर आ दूजे तीजे आ उन्होंने फोटो खिचाई अगे हो गए, फिर बंद हों यार अपनी इन्नी वाकबी है तो ये सब कोई भलवानी की देन है अपन अभी तो भलवानी तो ही जो कुछ बने हैं। मैं तो यो कहना कि रब दिता सब कुछ दिता सच्ची नहीं तो मेहनत करो, किसी का माड़ा ना सोचो किसी का माड़ा ना करो, क्योंकि बंदे बंदा बंदे नहीं मार सकता, जे बंदा बंदे मार दे तो फिर ला लो रब की गल हुई। यो आ भी मेहनत आप करनी है सच्चे दिलों यदा मुल जरूर मिलेगा। अच्छा तो स्कॉर्पियो लेने कितना टाइम हो गया जी? ये ला लो भाई पहला मेरे को स्कॉर्पियो काली ही तो पखा जो बंद करा दिए माड़ा जी क्या जी पहला मैं पिछले दिसंबर के लिए स्कॉर्पियो काली ही, फिर 5-6 महीने वे चलाई मुड़ के फिर मैं हूँ जी तरह 3-4 महीने हो गए आ ली नवी फिर चिट्टी। हाँ जी ये बारी मॉडल है। अच्छा हाँ जी तो मैनू कदे कदे ये लगता मैं स्कॉर्पियो का जो भी आँदी तो मैं ना गजीतू का चेता आ जाता है। हाँ जी तो की है कि ना मतलब भी उन्होंने जो 2011 के 19 लाख रुपया मिलया उन्हें आके सफारी कढ़ा ली जदों कि उदों 4-5 किले जमीन बन गई। हाँ जी मैं इस करके बोल रहा क्योंकि मेरा दोस्त है। हाँ जी हाँ जी तो इस चीज़ का खमैजा भुगत चुके हैं। मतलब सेविंग होनी चाहिए आ मतलब भी क्योंकि जो तुम जिन चाहते सी हाँ जी उदों भी धर्मेंद्र के फैन से असी। हाँ जी हाँ जी जे अज तुम भाजी ए भी जावड़ोंगे तो असं तो फैन है। हाँ जी मतलब कितना कि सेविंग जरूर मैं लगता है ये सब तो पहला जरूर क्योंकि जेड़ा एक प्लेयर है ना भावें कबड्डी का भावें भलवान है वो जी जिंदगी की टाइम है ना वो बहुत थोड़ा है वो कोल होंगे अभी मान लो भी एक 5-6 साल सिर्फ 5-6 साल उस बंदे ने पैसा भी कमाना ना भी कमाना तो रिकॉर्ड भी पैदा रिकॉर्ड भी पैदा करना तो पर मेन गल की हों भी 5 साल उन्हें पैसा भी जोड़ना 5 साल बाद जो भलवानी खत्म हो जानी है परंपरा चलती है भी हर किसी का टाइम नहीं रहा जिमें अज मैं तगड़ा है मेरे तो पहला होर तगड़े ही कल होर तगड़े होने अज मैं मेरे पिछे होर उठा होने पर मैं अज मेरे को होना चाहिए दिमाग भी अज जे मैं पैसे कमाउन दिया इन्हों मैं इस हिसाब न चलना भी कल हूँ मैं भलवानी छड़दा मैं इन्होंने पैसों के उत्ते अपना कोई जिस तरह कारोबार कुछ भी चाहे कोई भी कल मैं मतलब यह नहीं कि अज मैं चढ़ाइया तो हैं 20-20 लाख दियाँ गड्डिया मेरे तो सब कुछ है तो कल मैं भलवानी छड़ा तो कख बना रहा जी बाद फिर बिकना शुरू हो जाए बिकना शुरू हो जाए। हाँ ये भी बाकी क्योंकि भलवान फिर बंदे सोचते हैं कई हूँ क्योंकि ला लो मैं 5 साल फिर सब कुछ डा ही बवा तो मैं कहना यार फिर शुरू तो गल आ जानी हूँ मैं बाहर जावा चाहे मैं कोई नौकरी करा चाहे मैं की करा चाहे मैं कोई कारोबार करा तो अपन हूँ ही उस हिसाब न चलना चाहिए है भी मैं भी अपना सारा सिस्टम जिहड़ा मैं सैट करके रखा ये सोचना चाहिए अपन भी अपना सेविंग किदां करनी एक मतलब इंश्योरेंस धर्मेंद्र जरूरी आ हर प्लेयर है ना। हाँ जी हाँ जी क्योंकि कई बार सट ज़्यादा मेजर लग जाती फिर उदो कबड्डी के प्लेयर ज़्यादा तक। हाँ जी ये गल भी जिदा इंश्योरेंस हर किसी जरूरी क्योंकि एक दुनिया का दस्तूर आ जदों बंदा चढ़ते सूरज में सलामा ना जो बंदा फिट आ चाहे मैं अच्छ घूम दिया मैं ढूंढ दिया सारे
फिर लोगों ने की कहना, लोग पिछे अपने यार दोस्त बड़े वे वे अफसर सब कुछ अपने पिछे हो जाता, पर जो कभी माँ प्यो तो रब नाल उस्ताद जो बंदे दे सट लग जाती है चाहे बंदा पिछे आ जाता फिर बंदे कोई नहीं पुछना। फिर जो नाल खलोते हैं जो भी कह नहीं ये खत्म हो गया ये बस गया उस टाइम तो कोई एक कहम की है कुश्ती घोलना है ना अपना तो अपनी मान लो भी आप अपने पिछे दस बंदे खलोते हैं वो कह दें धर्मेंद्र धर्मेंद्र दूजा कह दिया दूजा बाई चांस बंदा उत्थे हार जाता ना अपने जो पिछे खलोते वो भी उतो निकल जाते। एक कारण की रीजन की है धर्मेंद्र तुम तो बड़ी इस चीज़ को जमाना देखा हो कारण की है इस चीज़ का यह हो गल की है भी जोड़ी पुरानी तुरी आँदी है कहावत भी चढ़ते सूरज न सलामा जिन्ना चिर बंदा चढ़ता जाता उन्ना चिर दुनिया भी पिछे आ सब कुछ आ जिदा चिर जितता जाता फलाना आ गया चल गया जिदन बंदा पिछे आ गया फिर हौली हौली सारे पिछे हटते जाते लोग भी हट जाते यार दोस्त भी हट जाते फिर जाके बंदा कहता भी नहीं मेरे घर दे बस है जिन्ना मेरा साथ देना होर कोई नहीं। तो जो जवा बंदा चढ़ता उदों बड़े नवे तो नव बंदे रोज़ मिलता तो सारी दुनिया भी पिछे होंगी बंदे से पर जो टाइम लंघ जाता उदों कोई पिछे नहीं। अच्छा धर्मेंद्र भाई थोड़ा अच्छ समा है ना परमात्मा लंबा समा करे पर वारी हर बंदे दी आनी है ना ये मैं भी नाल नाल भी कहूँगा हाँ तो मतलब भी अज धर्मेंद्र आपदे तुहाड़े पहलवाना की एक बड़ी खूबी है कि तुसीं अखाड़े च दूजे पहलवान पाल दिओ है ना जिवें मैं जिन्ने भी पिरतपाल कोले बाई कोले गया जां आपां बाई रूबन खन्ना कोले बाई कोले गया है ना तो अज धर्मेंद्र अपने आप नूं जो कुछ वो वास्ते लोगों ने किया इतों तक लिया वास्ते धर्मेंद्र अज कि बच्चों कर रहा आप जिदा ये मतलब तुम मैं दसदा कि हम जिदा अपना तो यह भी खाड़ा है जिमें साढ़े उस्ताद होनी पदार्थ भगवान तो इतने की है मुंडे बहुत ज्यादा इतने ये नहीं है भी आप कल इतों के पंजाब के इतने दिल्ली के मुंडे भी रेंदे ओके हरियाणे के भी महाराष्ट्र के भी यूपी के भी सारिया स्टेटा के मुंडे रेंदे तो इत यह है कि हम जिदर साढ़े नाल छोटे मुंडे जाते अज अज वो साढ़े नाल जाते मतलब साढ़े नाल जोर करते उन्होंने ये फायदा है कि साढ़े नाल जाके छिंजा वेखन साढ़े नाल जोर कर भी अं मान लो भी एक नंबर पर हैं वो जो साढ़े नाल जोर करते बराबर के करते उन्होंने भी हौसला वादा भी हूँ अं भी तगड़े हैं फिर इस तरह पिछों मुंडे निकलते आते तो सब तो टफ कुश्तियाँ किड़े कि पहलवाना नाल होंगे ने अजक टक्कर होंगी जिमें मुरलीधर सचन दर मुकाबला वेंदे सी लोकी है ना इस तरह शायद फरीदी का वेंदे होंगे सके वेंकटेश प्रसाद नाल तो इस तरह का मतलब कुश्तियाँ तो यह भी जिस तरह ला लो जो बंदा नवे फिर आप लगते हैं ना उदों तो लगता भी जिमें हर किसी ना भी आप यार कि घोलना है की करना हूँ जिस तरह ला लो कुश्तियाँ लगातार होने लग पी घोलन लग पे आप सारे हो हूँ तो कोई एडा लगता नहीं क्योंकि पहली बार तो घोलना नहीं जो कि नवा बंदा कोई आता है चाहे कोई नवा छोटा मुंडा तगड़ा हो जाता है चाहे अपने बाहर के भलवान भी आ जाते वो फिर पहली कुश्ती फिर आप थोड़ा जहा वेखना पैंता वो वीडियो वेखी कट के भी यार इनू आप कितों बंदे चाहे फड़ सकते हैं चाहे किदा ये थकता है चाहे की करता है चाहे यदा कि उन्हों का वेखी था बाकी ठीक है अपने जिस तरह ये वधिया मुंडे भलवान आ प्रिंसपाल जस्सा पट्टी वाला एक मुंडा सिकंदर शेख आ होर भी कई मुंडे वधिया सारे चलो तुसी हुण तक किहड़े किहड़े खिताब जित चुके हो। मैं हुण तक जिदा एक पंजाब केसरी का जितया है होर जिस तरह ला लो भी मैडलां दे हुंदा नैशनल च मैडल है मेरे हुण जिस तरह अंदर ही बैठ जाने आप गर्मी मतलब ज्यादा होगी जी जी थोड़ी सारी अकेडमी विखाती मैं अब दर्शकों हाँ जी 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 हाँ जी हम जिदा ला लो भी जिमें नाम होंगे सोलह का बुलेट मोटरसाइकिल जीते है चाली बताली छोटे मोटरसाइकिल होंगे जेडे जिमें कोई स्पलेंडर हो गया कोई पलटीना हो गया ये जीते है मझा झोटियाँ सोना कई कुश्तियाँ भी हुई ट्रैक्टर से भी हुई है तो बाकी पैसा बहुत हों भलवानी जूजा वह भी चलो ला लो बथेरा आप जीती जाने चली जाता काम हाँ जी
ਅਤੇ ਜਿਹੜੇ ਖਿਤਾਬ ਤੁਹਾਡੇ ਕੋਲ ਪੰਜਾਬ ਕੇਸਰੀ, ਹਾਂਜੀ ਪੰਜਾਬ, ਉੱਥੇ ਇਹ ਪੰਜਾਬ ਕੇਸਰੀ 'ਚ ਕਿੰਨੇ ਪਹਿਲਵਾਨ ਹੁੰਦੇ ਭਾਅ ਜੀ? ਪੰਜਾਬ ਕੇਸਰੀ ਕੀ ਹੁੰਦਾ ਭਾਅ ਜੀ ਵੀ ਇਸ ਤਰ੍ਹਾਂ ਆਪਣੇ ਪੰਜਾਬ ਦੇ ਜਿੰਨੇ ਭਲਵਾਨ ਆ ਨਾ, ਕੋਈ ਵੀ ਪੰਜਾਬ ਦਾ ਕੋਈ ਵੀ ਭਲਵਾਨ ਹਿੱਸਾ ਲੈ ਸਕਦਾ। ਹਾਂਜੀ, ਜਦੋਂ ਮੈਂ ਬਣਿਆ ਉਦੋਂ ਮੇਰੇ ਹਿਸਾਬ ਨਾਲ 40-42 ਮੁੰਡੇ ਸੀ, ਸਾਰਿਆਂ ਨੂੰ ਮੈਨੂੰ ਹਰਾ ਕੇ ਫਿਰ ਮੈਂ ਬਣਿਆ। ਫਿਰ ਇੱਕ ਦਿਨ 'ਚ ਕਈ ਕੀ ਕੁਸ਼ਤੀਆਂ ਲੜਨੀਆਂ ਪੈਂਦੀਆਂ? ਹਾਂਜੀ, ਦੋ ਕੁ ਦਿਨ ਹੁੰਦੇ, ਪਹਿਲੇ ਦਿਨ 2-3 ਹੁੰਦੀਆਂ, ਦੂਜੇ ਦਿਨ 4-5 ਕੁਸ਼ਤੀਆਂ ਫਿਰ ਲੜਨੀਆਂ ਪੈਂਦੀਆਂ, ਇੱਕ ਦਿਨ 'ਚ ਹੀ ਉਹ ਲੜਨੀਆਂ ਪੈਂਦੀਆਂ। ਓਕੇ, ਹਾਂਜੀ, ਉੱਥੇ ਫਿਰ ਮਤਲਬ ਸਹੀ ਸਟੈਮਿਨਾ ਦਾ ਪਤਾ ਲੱਗਦਾ? ਹਾਂ, ਉੱਥੇ ਪਤਾ ਲੱਗਦਾ, ਉਹ ਫਿਰ ਮੈਟਾਂ ਵਾਲਾ ਆ ਜਾਂਦਾ ਨਾ ਵੀ ਹੁਣ ਮਿੱਟੀ ਦੀ ਘੋਲਣੀ ਹੋ ਰਿਹਾ, ਗੱਦੇ ਦੀ ਘੋਲਣੀ ਹੋ ਰਿਹਾ, ਉੱਥੇ ਟਾਈਮ ਹੁੰਦਾ ਹੈ ਵੀ ਰਾਊਂਡ ਹੁੰਦੇ 3-3 ਮਿੰਟਾਂ, 2-6 ਮਿੰਟ ਹੀ ਕੁਸ਼ਤੀ ਹੋਣੀ ਬਸ। ਅੱਛਾ, ਹਾਂਜੀ, ਉਹਦੇ ਵਿੱਚ ਵੇਖਣਾ ਹੁੰਦਾ ਵੀ ਪੁਆਇੰਟ ਕਿਹਦੇ ਜ਼ਿਆਦੇ ਆ, ਫਿਰ ਪੁਆਇੰਟਾਂ ਹਿਸਾਬ ਨਾਲ ਬੰਦਾ ਜਿੱਤਦਾ। ਹਾਂਜੀ, ਅਤੇ ਤੁਹਾਡੀ ਹੁਣ ਤੱਕ ਦੀ ਯਾਦਗਾਰੀ ਕੁਸ਼ਤੀ ਕਿਹੜੀ ਰਹੀ ਹੈ ਵੀ ਜਿਹੜੀ ਪਹਿਲਵਾਨ ਨਾਲ ਹੋਈ ਹੋਵੇ? ਕੁਸ਼ਤੀਆਂ ਚਲੋ ਸਾਰੀਆਂ ਯਾਦਗਾਰ ਆ, ਅਤੇ ਕਿਉਂਕਿ ਜਦੋਂ ਬੰਦਾ ਨਵਾਂ ਉੱਠਦਾ ਹੈ ਵੱਡਿਆਂ ਨਾਲ ਘੁਲਦਾ ਹੈ ਅਤੇ ਸਾਰੀਆਂ ਯਾਦਗਾਰ, ਕਿਉਂਕਿ ਆਪਣੀ ਸਾਡੀ ਉਮਰ ਬੜੀ ਛੋਟੀ ਆ, ਅਸੀਂ ਜਿੰਨੇ ਵੀ ਘੁਲਦੇ ਹਾਂ, ਜਿੰਨੇ ਵੀ ਜਾਣਿਆਂ ਨਾਲ ਘੁਲਦੇ ਹਾਂ ਇਹਨਾਂ ਨਾਲ, ਇਹ ਸਾਰੇ ਮਤਲਬ ਵੀ ਕਿਸੇ ਟਾਈਮ ਸਟਾਰ ਸੀ ਅਤੇ ਅਸੀਂ ਕੁਝ ਨਹੀਂ ਹਾਂ, ਅਸੀਂ ਬਹਿ ਕੇ ਸੋਚਦੇ ਹਾਂ ਵੀ ਯਾਰ ਇਹਨਾਂ ਵਰਗੇ ਅਸੀਂ ਵੀ ਬਣਾਂਗੇ, ਵੀ ਜਿਵੇਂ ਬੰਦਾ ਕਹਿੰਦਾ ਮੈਂ ਉਹਦਾ ਫੈਨ ਹਾਂ, ਮੈਂ ਉਹਦਾ ਫੈਨ ਹਾਂ, ਅਸੀਂ ਬਹਿ ਕੇ ਮਤਲਬ ਸਾਡੇ ਸੀਨੀਅਰ ਘੁਲ ਦਿੰਦੇ, ਅਸੀਂ ਤਾਂ ਸੋਚਿਆ ਨਹੀਂ ਵੀ ਇੰਨੀ ਛੇਤੀ ਵੀ ਅਸੀਂ ਇਹਨਾਂ ਨਾਲ ਘੁਲ ਲੱਗ ਪਾਂਗੇ, ਅਤੇ ਹੁਣ ਤਾਂ ਚਲੋ ਸਾਰਿਆਂ ਨਾਲ ਘੁਲਦੇ ਹਾਂ ਅਤੇ ਸਾਰੀਆਂ ਕੁਸ਼ਤੀਆਂ ਯਾਦਗਾਰ ਆ। ਜਿਹੜਾ ਬੰਦਾ ਜਿੱਤਦਾ ਹੈ ਉਹ ਵੀ ਯਾਦ ਆ, ਜੇ ਹਾਰਦੇ ਹਾਂ ਤਾਂ ਉਹ ਵੀ ਆਪਣੀ ਯਾਦ ਆ, ਕਿਉਂਕਿ ਜੇ ਹਾਰ ਜਾਂਦੇ ਹਾਂ ਆਪਾਂ ਨੂੰ ਪਤਾ ਲੱਗਦਾ ਸਾਡੇ 'ਚ ਕੀ ਕਮੀ ਆ, ਮੈਂ ਕਿਉਂ ਹਾਰਿਆ, ਚਾਹੇ ਮੈਂ ਮਿਹਨਤ ਘੱਟ ਕਰਦਾ ਹਾਂ, ਚਾਹੇ ਮੈਂ ਕੀ, ਉਹ ਵੀ ਆਪਾਂ ਨੂੰ ਮੌਕਾ ਮਿਲਦਾ ਵੀ ਆਪਾਂ ਕਮੀਆਂ ਪੂਰੀਆਂ ਕਰੀਏ। ਜੇ ਬੰਦਾ ਹਾਰਦਾ ਨਹੀਂ ਆ ਉਹਨੂੰ ਠੋਕਰ ਨਹੀਂ ਵੱਜਦੀ, ਉਹਨੂੰ ਲੱਗਦਾ ਮੈਂ ਤਾਂ ਫਿਰ ਹੈ ਹੀ ਮੇਰੇ ਪਿੱਛੇ ਹੈ ਹੀ ਕੋਈ ਨਹੀਂ ਮੇਰੇ ਅੱਗੇ, ਉਹ ਜਦੋਂ ਬੰਦਾ ਹਾਰਦਾ ਫਿਰ ਬੰਦੇ ਦਾ ਦਿਲ ਵੀ ਟੁੱਟਦਾ ਹੈ, ਫਿਰ ਬੰਦਾ ਸੋਚਦਾ ਮੈਂ ਮਿਹਨਤ ਵੱਧ ਕਰਾਂ, ਚਾਹੇ ਮੈਨੂੰ ਕੀ ਗੱਲ ਆ ਜਾਂ ਕਿਤਰਾਂ ਵਾ, ਉਹ ਚਲੋ ਉਹ ਵੀ ਇੱਕ ਬੰਦੇ ਨੂੰ ਤਜਰਬਾ ਹੀ ਆਉਂਦਾ ਵਾ ਜਿੱਦਾਂ ਹਾਰਾਂ 'ਤੇ ਬਣੀਆਂ, ਕਿਉਂਕਿ ਜਦੋਂ ਦੋ ਜਾਣਿਆਂ ਨੇ ਭਾਅ ਜੀ ਘੁਲਣਾ ਨਾ, ਇੱਕ ਨੇ ਜਿੱਤਣਾ ਅਤੇ ਇੱਕ ਨੇ ਹਾਰਨਾ ਹੀ ਹਾਰਨਾ। ਉਹ ਥੱਲੇ ਜਿਹੜੇ ਕਮੈਂਟ ਕਰਨ ਵਾਲੇ ਹੁੰਦੇ ਨਾ ਫੈਨ, ਹਾਂਜੀ, ਉਹ ਕਿਤੇ ਨਾ ਕਿਤੇ ਜਾ ਕੇ ਸਾਡਾ ਮਤਲਬ ਨੁਕਸਾਨ ਹੁੰਦਾ ਕਿਤੇ ਨਾ ਕਿਤੇ। ਉਹ ਕੀ ਤੈਨੂੰ ਮੈਂ ਦੱਸਦਾ ਭਾਅ ਜੀ, ਉਹ ਥੱਲੇ ਕੀ ਆ ਵੀ ਜਿੱਦਾਂ ਭਲਵਾਨ ਆ, ਭਲਵਾਨਾਂ ਦੇ ਵਿੱਚ ਕਿਸੇ 'ਚ ਕੋਈ ਤੇਰ ਮੇਰ ਨਹੀਂ ਹੈਗੀ, ਕੋਈ ਕਿਸੇ ਦਾ ਲੜਾਈ ਨਹੀਂ ਹੈਗੀ, ਕਿਸੇ ਦਾ ਝਗੜਾ ਨਹੀਂ ਆ, ਸਾਰਿਆਂ ਦਾ ਵਧੀਆ ਮਿਲਣ ਵਰਤਣ ਆ, ਹੱਥ ਮਿਲਾਉਂਦੇ ਆ, ਗੱਲਬਾਤ ਪੁੱਛਦੇ ਆ, ਜੇ ਕਿਸੇ ਕੋਈ ਦੁੱਖ ਸੁੱਖ ਆ ਉਹ ਵੀ ਕਿਸੇ ਨਾਲ ਪੂਰਾ ਕਰਦੇ ਆ। ਥੱਲੇ ਕੀ ਆ ਵੀ ਕਈ ਇਹੋ ਜਿਹੇ ਬੰਦੇ ਹੁੰਦੇ ਵੀ ਜਿਨ੍ਹਾਂ ਨੂੰ ਉਹ ਭਲਵਾਨ ਜਾਣਦੇ ਵੀ ਨਹੀਂ ਆ, ਉਹ ਕਮੈਂਟ ਪਾਈ ਜਾਂਦੇ ਆ, ਪੋਸਟਾਂ ਪਾਈ ਜਾਂਦੇ, ਉਹਨੇ ਇਹਨੂੰ ਐਂ ਕਰਤਾ, ਇਹਨੇ ਇਹਨੂੰ ਐਂ ਕਰਤਾ, ਉਹ ਇੱਕ ਮੁੜ ਕੇ ਮੁੱਦਾ ਬਣ ਪੈਂਦਾ, ਉਹ ਮੁੱਦਾ ਆ ਜਾਂਦਾ ਲਾ ਲਓ ਨੈੱਟ 'ਤੇ, ਉਹ ਮੁੱਦਾ ਚੱਲੀ ਜਾਂਦਾ, ਉਹਨੇ ਇਹਨੂੰ ਐਂ ਕਰਤਾ, ਇਹਨੇ ਉਹਨੂੰ ਓਂ ਕਰਤਾ, ਅਤੇ ਬਸ ਇਹੋ ਆ, ਨਹੀਂ ਤਾਂ ਹੋਰ ਕੋਈ ਚੱਕਰ ਨਹੀਂ ਗੋ। ਹਾਂਜੀ, ਅਤੇ ਜਿਹੜੇ ਅਤੇ ਮੈਂ ਇਹੀ ਥੋੜ੍ਹਾ ਲਾਈਟ ਔਫ ਹੋ ਗਈ ਆਪਣੀ। ਅੱਛਾ, ਮਤਲਬ ਵੀ ਇਹਨਾਂ ਚੀਜ਼ ਇਹਨਾਂ ਮੈਂ ਇਹੀ ਕਹੂੰਗਾ ਕਿ ਜਿਹੜੇ ਦਰਸ਼ਕ ਵੀਰ ਆ ਉਹ ਥੋੜ੍ਹਾ ਜਿਹਾ ਇਸ ਚੀਜ਼ ਤੋਂ ਗਰੇਜ਼ ਕਰਨ, ਹੈ ਨਾ? ਅਤੇ ਹੋਰ ਜਿਹੜੇ ਸਾਡੇ ਨਵੇਂ ਮੁੰਡੇ ਨੇ ਜਿਹੜੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਮਤਲਬ ਵੀ ਜਿਹੜੇ ਤੁਹਾਡੇ ਵਰਗਾ ਬਣਨਾ ਚਾਹੁੰਦੇ ਨੇ ਵੀ ਉਹਨਾਂ ਨੂੰ ਕਿਸ ਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਉਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਤਾਂ ਇਹ ਸਲਾਹ ਮੇਰੀ ਕਿ ਆਪਣੇ ਮਾਂ ਪਿਓ ਦਾ ਸਤਿਕਾਰ ਕਰੋ। ਆਪਾਂ ਕਿਉਂਕਿ ਹਮੇਸ਼ਾ ਜ਼ਿੰਦਗੀ 'ਚ ਬੰਦਾ ਕਾਮਯਾਬ ਹੋ ਸਕਦਾ ਜਿਹਦੇ ਵਿੱਚ ਗੁਣ ਹੈ, ਗੁਣ ਹੋਣਾ ਆਪਣੇ 'ਚ ਸਭ ਤੋਂ ਪਹਿਲਾਂ ਜ਼ਰੂਰੀ ਹੈ। ਆਪਣੇ ਮਾਂ ਪਿਓ ਦਾ ਸਤਿਕਾਰ ਕਰੋ, ਕੱਲ੍ਹ ਨੂੰ ਜਿੱਥੇ ਆਪਾਂ ਕਿਤੇ ਖਾੜੇ ਜਾਂਦੇ ਹਾਂ ਆਪਣੇ ਉਸਤਾਦ ਦਾ ਸਤਿਕਾਰ ਕਰੋ, ਆਪਣੇ ਤੋਂ ਜਿਹੜੇ ਵੱਡੇ ਆ ਉਹਨਾਂ ਦਾ ਸਤਿਕਾਰ ਕਰੋ, ਕਿਉਂਕਿ ਜਦੋਂ ਜੇ ਕਿਸੇ ਤੋਂ ਆਪਾਂ ਕੁਛ ਸਿੱਖਣਾ ਨਾ ਉਹਦੇ ਆਪਾਂ ਥੱਲੇ ਲਾ ਕੇ ਸਿੱਖ ਸਕਦੇ ਹਾਂ। ਫਿਰ ਆਪਣੀ ਮਿਹਨਤ ਕਰੋ, ਸਵੇਰੇ ਉੱਠ ਕੇ ਮਿਹਨਤ ਕਰੋ, ਸ਼ਾਮੀ ਮਿਹਨਤ ਕਰੋ, ਸੱਚੇ ਦਿਲੋਂ ਮਿਹਨਤ ਕਰੋ, ਰੱਬ ਦਾ ਨਾਂ ਲਓ ਅਤੇ ਤੁਹਾਨੂੰ ਫਲ ਜ਼ਰੂਰ ਮਿਲੋ। ਇਹ ਨਹੀਂ ਵੀ ਆਪਾਂ ਸਾਰਿਆਂ ਭਲਵਾਨ ਬਣਨਾ, ਜੇ ਆਪਾਂ ਭਲਵਾਨ ਨਾ ਬਣ ਸਕਾਂਗੇ ਤਾਂ ਆਪਾਂ ਚੰਗੇ ਇਨਸਾਨ ਬਣ ਜਾਵਾਂਗੇ, ਅਤੇ ਮਿਹਨਤ ਦਾ ਫਲ ਆਪਾਂ ਨੂੰ ਮਿਲਣਾ ਹੀ ਮਿਲਣਾ, ਉਹ ਆਪਾਂ ਨੂੰ ਥੋੜ੍ਹਾ ਭਾਵਾਂ ਲੇਟ ਮਿਲੇ ਭਾਵਾਂ ਪਹਿਲਾਂ ਮਿਲ ਜੇ, ਮਿਹਨਤ ਕਦੀ ਕੀਤੀ ਜਾਇਆ ਨਹੀਂ ਜਾਂਦੀ। ਅੱਛਾ, ਇੱਕ ਵੀਰੇ ਮੈਂ ਇੱਕ ਹੋਰ ਸਵਾਲ ਆ ਮੇਰਾ ਕਿ ਜਿਹੜੇ ਮੁੰਡੇ ਵਿਚਾਰੇ ਨਵੇਂ ਆ, ਹੈ ਨਾ, ਜਿਹੜੇ ਕਹਿੰਦੇ ਅਸੀਂ ਘਰੋਂ ਗਰੀਬ ਹਾਂ, ਹਾਂਜੀ, ਅਤੇ ਵਿਚਾਰੇ ਖੁਰਾਕ ਦਾ ਕਿਤੇ ਨਾ ਕਿਤੇ ਜਾ ਕੇ ਪ੍ਰੋਬਲਮ ਆਉਂਦੀ ਆ, ਹੈ ਨਾ? ਹਾਂਜੀ, ਉਹ ਤੁਸੀਂ ਖੁਰਾਕ ਜਦੋਂ ਤੁਸੀਂ ਮੇਨਟੇਨ ਕੀਤੀ, ਜਦੋਂ ਤੁਸੀਂ ਕਹਿੰਦੇ ਵੀ ਅਸੀਂ ਠੀਕ ਠਾਕ ਪਰਿਵਾਰ 'ਚ ਸੀ, ਹਾਂਜੀ, ਉਹ ਖੁਰਾਕ ਕਿਵੇਂ ਮੇਨਟੇਨ ਕਰਦੇ ਜੀ ਤੁਸੀਂ? ਮਤਲਬ ਉਹ ਕਿਵੇਂ ਮੇਨਟੇਨ ਕੀਤੀ ਜਾ ਸਕਦੀ ਨਵੇਂ ਮੁੰਡਿਆਂ ਨੂੰ ਵਿਚਾਰਿਆਂ ਨੂੰ, ਇਹਦੇ ਬਾਰੇ ਗਾਈਡ ਕਰੋ ਥੋੜ੍ਹਾ ਜਿਹਾ। ਉਹ ਭਾਈ ਤਾਂ ਕੀ ਆ, ਇਹਦੇ 'ਤੇ 2-3 ਤਰੀਕੇ। ਇੱਕ ਤਾਂ ਤਰੀਕਾ ਇਹ ਆ ਵੀ ਜਿੱਦਾਂ ਲਾ ਲਓ ਵੀ ਜੇ ਆਪਾਂ ਨੂੰ ਕੋਈ ਚੰਗਾ ਭਲਵਾਨ ਮਿਲ ਜੇ, ਜਿਸ ਤਰ੍ਹਾਂ ਮੇਰੇ ਨਾਲ ਮੁੰਡੇ ਰਹਿੰਦੇ ਆ, ਆਪਾਂ ਇਹਨਾਂ ਤੋਂ ਕੋਈ ਖਰਚਾ ਨਹੀਂ ਲੈਂਦੇ,
ਇਹਨਾਂ ਨੇ ਚਲੋ ਵੀ ਰੋਟੀ ਪਾਣੀ ਬਣਾ ਲੈਂਦੇ ਆ, ਨਾਲ ਮੇਰਾ ਬਣਾ ਲੈਂਦੇ, ਨਾਲ ਆਪਦਾ ਵੀ ਬਣ ਜਾਂਦਾ, ਆਪ ਵੀ ਖਾਈ ਜਾਂਦੇ, ਮੈਨੂੰ ਵੀ ਖਵਾਈ ਜਾਂਦੇ ਆ। ਚਾਹੇ ਤਾਂ ਇੱਦਾਂ ਹੋ ਸਕਦਾ ਹੈ, ਨਹੀਂ ਤਾਂ ਆਪਣਾ ਇਹ ਆ ਕਿ ਤੁਸੀਂ ਉਸ ਹਿਸਾਬ ਨਾਲ ਛਿੰਝਾਂ ਵੇਖੋ, ਛਿੰਝਾਂ ਚੱਲਦੀਆਂ, ਆਪਣਾ ਮੋਟਰਸਾਈਕਲ ਰੱਖੋ, ਜਾ ਕੇ ਛਿੰਝਾਂ ਵੇਖ ਕੇ ਉਹਨੂੰ ਪੈਸੇ ਨੂੰ ਇਕੱਠਾ ਕਰੋ, ਪੈਸੇ ਇਕੱਠੇ ਕਰਕੇ ਇਹ ਨਾ ਦੂਜੇ ਕੋਈ ਗਲਤ ਕੰਮ ਬਾਰੇ ਨਾ ਸੋਚੋ ਕਿ ਮੈਂ ਮੋਬਾਇਲ ਲੈ ਲਾਂ, ਮੈਂ ਲੀੜੇ ਲੈ ਲਾਂ, ਮੈਂ ਘੁੰਮਣਾ ਫਿਰਨਾ, ਉਹ ਚੀਜ਼ਾਂ ਛੱਡ ਦਿਉ, ਉਹਦੀ ਤੁਸੀਂ ਖਰਾਬ ਲਿਓ। ਫਿਰ ਜਦੋਂ ਮੁੱਕਦਾ ਹੈ, ਛਿੰਝਾਂ ਤਾਂ ਚੱਲਦੀਆਂ ਰਹਿੰਦੀਆਂ, ਆਪਦਾ ਭਲਵਾਨੀ ਕਰੀ ਜਾਓ, ਨਾਲ ਛਿੰਝਾਂ ਵੇਖ ਕੇ ਖੁਰਾਕ ਪਾਣੀ ਦਾ ਸਿਸਟਮ ਤੁਸੀਂ ਉੱਥੋਂ ਆਪਦਾ ਸੈੱਟ ਕਰ ਸਕਦੇ। ਅੱਛਾ, ਤੁਹਾਡੇ ਉਸਤਾਦ ਆਪਣਾ ਇੱਕੋ ਸਵਾਲ ਰਹਿੰਦਾ ਸੀ ਕਿ ਤੁਹਾਨੂੰ ਆਪਣੇ ਉਸਤਾਦ ਦੇ ਨਾਲ ਕਿਵੇਂ ਮੇਲ ਮਿਲਾਪ ਹੋਇਆ, ਤੁਸੀਂ ਮਤਲਬ ਵੀ ਕਿੱਥੇ ਪਹਿਲੀ ਵਾਰ ਮਿਲੇ? ਹਾਂਜੀ, ਮੈਂ ਮੇਰੇ ਉਸਤਾਦ ਨੂੰ ਦੱਸਿਆ ਪਦਾਰਥ ਭਗਵਾਨ ਜੀ ਹੈ, ਵੀ ਇੱਕ ਤਾਂ ਪੁਰਾਣਾ ਸਾਡਾ ਵੀ ਜਿਹੜਾ ਲਾ ਲਓ ਵੀ ਵੇਰਵਾ ਹੈ, ਉਹ ਤੋਂ ਬਾਅਦ 'ਚ ਜਿੱਦਾਂ ਮੰਨ ਲਓ ਮਾਮਾ ਮੇਰਾ ਮੈਨੂੰ ਨੈਲ ਲੈ ਆਉਂਦਾ ਹੈ ਇੱਥੇ, ਅਤੇ ਵੀ ਪਤਾ ਹੈ, ਅਤੇ ਫਿਰ ਉਹ ਤੋਂ ਬਾਅਦ ਜਦੋਂ ਮੈਨੂੰ ਛੱਡ ਕੇ ਫਿਰ ਇੱਥੇ, ਫਿਰ ਉਦੋਂ ਦਾ ਜਿੱਦਾਂ ਲਾ ਲਓ ਵੀ ਫਿਰ ਮੈਂ ਇੱਥੇ ਉਸਤਾਦ ਨਾਲ ਧਿਆਨ ਦੇਣਾ ਸ਼ੁਰੂ ਕੀਤਾ, ਹੌਲੀ ਹੌਲੀ ਬਣਦੇ ਬਣਦੇ ਬਣ ਗਏ। ਤੁਹਾਡੇ ਉਸਤਾਦ ਨੇ ਤੁਹਾਨੂੰ ਕਿਹੜੀ ਚੀਜ਼ ਸਿਖਾਈ ਜਿਹੜੀ ਮਤਲਬ ਵੀ ਮਤਲਬ ਦੁਨੀਆਂ ਦੀ ਕੋਈ ਹੋਰ ਤਾਕਤ ਨਾ ਸਿਖਾਉਂਦੀ ਹੋਵੇ, ਕੋਈ ਹੋਰ ਬੰਦਾ ਨਾ ਸਿਖਾ ਸਕਦਾ ਹੋਵੇ, ਕਿਹੜੀ ਸ਼ੈ ਸੀ ਜਿਹੜੀ ਤੁਹਾਨੂੰ ਲੱਗਦਾ ਵੀ ਯਾਰ ਮੈਨੂੰ ਸਿਰਫ ਮੇਰਾ ਉਸਤਾਦ ਹੀ ਸਿਖਾ ਸਕਦਾ ਸੀ? ਇਹ ਹੈ ਵੀ ਉਸਤਾਦ ਦਾ ਤੁਹਾਨੂੰ ਮੈਂ ਦੱਸਦਾ ਹੈ ਵੀ ਚਲੋ ਇੱਕ ਤਾਂ ਉਹਨਾਂ ਚੰਗੀ ਸਿੱਖਿਆ ਦਿੱਤੀ, ਗੂਣ ਦੀ, ਬੋਲਣ ਦੀ, ਬਹਿਣ ਦੀ, ਖਲੋਣ ਦੀ ਮਿਹਨਤ ਕਰਾਈ। ਫਿਰ ਜਿਸ ਤਰ੍ਹਾਂ ਨਾਲੋਂ ਮੈਂ ਨਾ ਥੱਲੇ ਘੁਲਦਾ, ਠੀਕ ਘੁਲਦਾ, ਮੇਰੀ ਨਾ ਕੁਸ਼ਤੀ ਬੱਜ ਗਈ, ਮਤਲਬ ਵੀ ਭਲਵਾਨ ਆ ਕਮਲਜੀਤ ਰੂਮਸ਼ਰ, ਹਾਂਜੀ ਹੈਗੇ, ਬਹੁਤ ਪੁਰਾਣਾ ਅਤੇ ਵਧੀਆ ਭਲਵਾਨ ਆ। ਉਸ ਟਾਈਮ 'ਤੇ ਉਹ ਭਲਵਾਨ ਜਿਸ ਤਰ੍ਹਾਂ ਮਤਲਬ ਵੀ ਉਹਦੇ ਦਮ ਦੁਮ ਜ਼ਿਆਦਾ ਚੱਲਦਾ ਸੀ, ਅਤੇ ਆਪਾਂ ਜਿਸ ਤਰ੍ਹਾਂ ਥੱਲੜੀਆਂ ਜੋੜਾਂ 'ਚੋਂ ਠੀਕ ਹਾਂ, ਅਤੇ ਮਿਹਨਤ ਮੈਂ ਬੜੀ ਹਿਸਾਬ ਦੀ ਕਰਦਾ, ਨਾ ਜ਼ੋਰ ਜ਼ਰ ਕਰ ਲੈਣੇ, ਮਿਹਨਤ ਘੱਟ ਕਰਦਾ। ਅਤੇ ਮੈਨੂੰ ਵੀ ਉਸਤਾਦ ਕਹਿੰਦਾ ਵੀ ਗੱਲ ਇੱਦਾਂ ਵੀ ਜੇ ਕੁਸ਼ਤੀ ਤੇਰੀ ਤਾਂ ਬਣਾਉਣੀ ਆ ਜੇ ਤੂੰ ਮਿਹਨਤ ਮੇਰੇ ਆਖੇ ਲਾ ਕੇ ਕਰੇਗਾ, ਅਤੇ ਨਹੀਂ ਤਾਂ ਫਿਰ ਰਹਿਣ ਦੇ ਪਰਾਂ, ਵੀ ਕੀ ਫਾਇਦਾ ਫਿਰ ਐਵੇਂ ਜੇ ਤੂੰ ਮਿਹਨਤ ਕਰਨੀ ਨਹੀਂ ਹੈ, ਘੁਲਿਆ ਜਾਣਾ ਨਹੀਂ ਹੈ, ਨੋਰਮਲ ਜ਼ਿੰਦਗੀ ਤਾਂ ਜਿਉ, ਅਤੇ ਫਿਰ ਆਪਾਂ ਕਿਉਂ ਉੱਥੇ ਤੇਰੀ ਕੁਸ਼ਤੀ ਬਣਾਉਣੀ ਹੈ? ਮੈਂ ਕਿਹਾ ਵੀ ਨਹੀਂ ਉਸਤਾਦ ਜੀ, ਅੱਛਾ ਤੁਸੀਂ ਇੱਦਾਂ ਕਰੋ ਵੀ ਮੈਂ ਮਿਹਨਤ ਕਰੂੰਗਾ, ਤੁਸੀਂ ਬਣਾਓ ਕੁਸ਼ਤੀ ਕਰੋ ਗੱਲ। ਇਹਨਾਂ ਨੇ ਫਿਰ ਉਸ ਟਾਈਮ ਕੀਤੀ ਗੱਲ, ਮੈਂ ਗਿਆ, ਮੈਂ ਤੰਗ ਵੀ ਬੜੇ ਹੋਇਆ ਵੀ ਕਿਉਂਕਿ ਮਿਹਨਤ ਕੀਤੀ ਨਹੀਂ ਕਦੀ ਜਦੋਂ ਜਾਣਾ, ਅਤੇ ਇਹਨਾਂ ਕਹਿਣਾ ਚੱਲ ਕੋਨੀ ਹੌਲੀ ਹੌਲੀ ਲਾ, ਪਰ ਇੱਕ ਗੱਲ ਹੈਗੀ ਮੈਂ ਉਹ ਜਿਹੜੀ 2 ਮਹੀਨੇ ਮਿਹਨਤ ਲਾਈ ਉਹਦੇ ਸਿਰ 'ਤੇ ਭਲਵਾਨ ਬਣ ਗਿਆ। ਓਹ ਹਾਂ, ਉਹ ਜਦੋਂ ਮਿਹਨਤ ਲਾ ਕੇ ਮੈਂ ਨਿਕਲਿਆ ਪਹਿਲਾਂ ਉਹ ਭਲਵਾਨ ਨਾਲ ਘੁਲਿਆ ਬਰਾਬਰ, ਉਹ ਤੋਂ ਬਾਅਦ 'ਚ ਜਿਵੇਂ ਸਿਆਲ ਫਿਰ ਮੈਂ ਮਿਹਨਤ 'ਤੇ ਚੜ੍ਹ ਗਿਆ, ਸਿਆਲ ਮਿਹਨਤ ਲਾਈ, ਜਦੋਂ ਮੈਂ ਸਿਆਲ ਤੋਂ ਬਾਅਦ 'ਚ ਨਿਕਲਿਆ ਜਿਹਨੂੰ ਫੜਿਆ ਮੈਂ ਉਹਨੂੰ ਚੁੱਕੀ ਹੈ। ਅਤੇ ਗੱਲ ਇਹ ਵੀ ਉਸਤਾਦਾਂ ਤੋਂ ਹੀ ਗੁਣ ਆ, ਜੇ ਉਸਤਾਦ ਹੀ ਗੁਣ ਦੇਣ ਅਤੇ ਮਿਹਨਤ ਕਰਾਉਣ ਤਾਂ ਆਪਾਂ ਆਖੇ ਲੱਗੀਏ, ਘਰੇ 1000 ਡੰਡ ਅਤੇ ਉਸਤਾਦ ਕੋਲ 100 ਡੰਡ ਇੱਕ ਬਰਾਬਰ, ਹਾਂਜੀ ਜੇ ਆਖੇ ਲੱਗਾਂਗੇ ਤਾਂ। ਹੁਣ ਜੇ ਉਸਤਾਦ ਮੈਨੂੰ ਇੱਧਰ ਨੂੰ ਆਵਾਜ਼ ਮਾਰੀ ਹੈ, ਮੈਂ ਇੱਧਰ ਨੂੰ ਤੁਰਿਆ ਜਾਊਂ, ਮੈਨੂੰ 1 ਦਿਨ ਆਖੂ, 2 ਦਿਨ ਆਖੂ, ਫਿਰ ਉਹਨੇ ਆਉਣਾ ਵੀ ਠੀਕ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਇਹ ਤਾਂ ਗੱਲ ਇੱਦਾਂ ਹੈ। ਅਤੇ ਧਰਮ ਭਾਅ ਜੀ, ਮਤਲਬ ਤੁਹਾਡਾ ਮੇਨ ਦਾ ਕਿਹੜਾ, ਮਤਲਬ ਜਿਹੜਾ ਤੁਹਾਡਾ ਘਰ ਕਿਹੜਾ, ਮਤਲਬ ਜਿਵੇਂ ਹੈ ਨਾ ਕੋਈ ਕਿਤੇ ਨੌਂਦਰ ਹੁੰਦਾ ਕਿਸੇ ਦਾ, ਕਿਹੜਾ ਤੁਹਾਡਾ? ਨਹੀਂ ਮੈਂ ਇਹ ਆ ਵੀ ਸਾਹਮਣੇ ਜਿਸ ਤਰ੍ਹਾਂ ਇੱਕ ਡਬਲ ਪੱਟ ਲੱਗੀ ਦਾ, ਡਬਲ ਪੱਟ ਲੱਗਦਾ, ਇੱਕ ਮੈਂ ਲੰਗੋਟੇ ਹੱਥ ਪਾ ਕੇ ਅਤੇ ਦੂਜੇ ਪੱਟ ਨੂੰ ਹੱਥ ਮਾਰਦਾ, ਅਤੇ ਥੱਲਿਓਂ ਇੱਕ ਜਿੱਦਾਂ ਧੌਣ 'ਤੇ ਚੜ੍ਹ ਕੇ ਘੱਸਾ ਮਾਰਦਾ ਪੱਕਾ, ਇਹੋ ਦਾਵਾ ਨਾ ਮੈਂ ਜਿਸ ਤਰ੍ਹਾਂ ਵੀ ਬੰਦੇ ਨੂੰ ਚਿੱਤ ਕਰਦਾ। ਮਤਲਬ ਜੇ ਇੱਕ ਦਾਅ ਵੀ ਬੰਦੇ ਕੋਲ ਹੋਵੇ ਕਹਿੰਦੇ ਬੰਦਾ, ਹਾਂਜੀ ਆਪ ਕਿਉਂਕਿ ਭਲਵਾਨੀ ਦੇ ਦਾਅ ਦੀ ਜਿਹਦਾ ਦਾਅ ਲੱਗ ਗਿਆ, ਅਤੇ ਦਾਅ ਭਰ ਆਉਣੇ ਚਾਹੀਦੇ ਕਿਉਂਕਿ ਸਾਹਮਣੇ ਜੇ ਬੰਦਾ ਵੱਜੇ ਅਤੇ ਥੱਲੇ ਵੀ ਆਪਾਂ ਨੂੰ ਕੋਈ ਦਾਅ ਚਾਹੀਦਾ। ਹਾਂ ਫਿਰ ਇਹ ਮੈਂ ਉੱਤੋਂ ਵੀ ਦਾਅ ਮਾਰਦਾ, ਥੱਲੇ ਵੀ ਮਾਰਦਾ। ਅੱਛਾ, ਆਹ ਤੁਹਾਡੇ ਕੰਨ ਫਿਰ ਕਿਹੜੀ ਕੁਸ਼ਤੀ 'ਚ ਟੁੱਟੇ? ਕੰਨਾਂ ਦਾ ਇਹ ਆ ਵੀ ਭਾਅ ਜੀ ਕੁਸ਼ਤੀ ਕੰਨ ਬਾਰੇ ਦੱਸੋ, ਇਹਦਾ ਵੀ ਪਤਾ ਨਹੀਂ ਲੱਗਦਾ। ਇਹ ਕੰਨਾਂ 'ਚ ਆਪਣੇ ਨਾ ਪਤਲੀਆਂ ਪਤਲੀਆਂ ਹੁੰਦੀਆਂ ਹੱਡੀਆਂ, ਹੱਡੀਆਂ ਹੁੰਦੀਆਂ, ਅਤੇ ਜਿਸ ਤਰ੍ਹਾਂ ਆਪਾਂ ਜਦੋਂ ਜ਼ੋਰ ਯਾਰ ਕਰਦੇ ਹਾਂ ਚਾਹੇ ਘੁਲਦੇ ਹਾਂ, ਕਿਸੇ ਵਕਤ ਜ਼ੋਰ ਨਾਲ ਮੁੱਕੀ ਮੱਕੀ ਵੱਜ ਗਈ ਚਾਹੇ ਕੁਛ ਵੱਜਾ, ਉਹਦੇ ਨਾਲ ਹੱਡੀ ਜਾਂਦੀ ਟੁੱਟ, ਫਿਰ ਇਹ 2-3 ਦਿਨਾਂ ਬਾਅਦ ਹੌਲੀ ਹੌਲੀ ਪਤਾ ਲੱਗਦਾ ਜਦੋਂ ਕੰਨ ਸੁੱਜਣਾ ਸ਼ੁਰੂ ਹੋ ਜਾਂਦਾ ਵੀ ਕੰਨ ਆਪਣਾ ਟੁੱਟ ਗਿਆ। ਅਤੇ ਫਿਰ ਉਹ ਉਵੇਂ ਸਹੀ ਕਿਉਂ ਨਹੀਂ ਹੁੰਦਾ ਜਿਵੇਂ ਵੇਖੋ ਵੀ ਜਲੇਬੀ ਜੀ ਨਹੀਂ ਕੱਢੀ ਹੁੰਦੀ? ਹਾਂ ਇਹ ਹੱਡੀ ਆ ਨਾ, ਹੁਣ ਜਿਸ ਤਰ੍ਹਾਂ ਲਾ ਲਓ ਹੱਡੀ ਇੱਕ ਨਾ ਟੁੱਟ ਜੇ, ਹੱਡੀ ਦਾ ਜੋੜ ਕਦੀ ਨਹੀਂ ਸਿੱਧਾ ਪਿਆ, ਬਾਂਹ ਦੀ ਟੁੱਟ ਜਾਂਦੀ ਆਪਣੀ ਕਿਤੇ, ਉਹ ਫਿਰ ਹੱਡੀ ਟੁੱਟ ਜਾਂਦੀ, ਹੱਡੀ ਦਾ ਜੋੜ ਸਿੱਧਾ ਨਹੀਂ ਪੈਂਦਾ। ਫਿਰ ਸਗੋਂ ਬੰਦੇ ਨੂੰ ਚਾਅ ਜਿਹਾ ਵੀ ਹੁੰਦਾ ਨਵਾਂ ਨਵਾਂ, ਮੈਂ ਮੇਰਾ ਕੰਨ ਟੁੱਟ ਗਿਆ, ਮੈਂ ਭਲਵਾਨ ਬਣ ਗਿਆ ਅੱਧਾ ਦੇ। ਪੱਕੀ ਗੱਲ? ਹਾਂ ਇਹ ਹੁੰਦਾ, ਅੱਧਾ ਭਲਵਾਨ ਲਸੰਸ ਆ ਭਲਵਾਨੀ ਦਾ ਵੀ ਮੈਂ ਭਲਵਾਨ ਹਾਂ, ਅਤੇ
ਫਿਰ ਇੱਦਾਂ ਪਤਾ ਲੱਗਾ ਵੀ ਕੰਨ ਟੁੱਟ ਗਿਆ, ਫਿਰ ਹੌਲੀ ਹੌਲੀ ਇਹਦੇ ਉੱਤੇ ਬੰਨ ਬੁੰਨ ਕੇ ਰੱਖਣਾ ਪੈਂਦਾ, ਸੇਕ ਸੁੱਕ ਤੰਗ ਵੀ ਬੜਾ ਕਰਦਾ, ਅੱਛਾ ਬੜਾ ਜ਼ਿਆਦਾ ਪੀੜ ਹੁੰਦਾ। ਜਿਵੇਂ ਮੰਨ ਲਓ ਸਹੀ ਵੀ ਹੋ ਗਿਆ, ਮਾੜਾ ਜਿਹਾ ਕਿਸੇ ਦਾ ਹੱਥ ਹੀ ਲੱਗ ਗਿਆ, ਫਿਰ ਸੋਚ ਜਾਣਾ ਅਤੇ ਇੱਦਾਂ ਇਹਦਾ ਕੰਮ ਹੈ। ਫਿਰ ਉਦੋਂ ਫਿਰ ਕੁਸ਼ਤੀਆਂ ਫਿਰ ਤੁਸੀਂ ਰਿਜੈਕਟ ਕਰਨੀਆਂ ਪੈਂਦੀਆਂ ਖਾਣਾ? ਹਾਂ, ਉਸ ਟਾਈਮ ਕੁਸ਼ਤੀਆਂ 'ਤੇ ਜ਼ੋਰ ਜ਼ਾਰ ਨਹੀਂ ਬੰਦਾ ਕਰ ਸਕਦਾ, ਨੋਰਮਲ ਮਿਹਨਤ ਹੀ ਕਰਨਾ, ਕਿਉਂਕਿ ਇਹ ਬੰਨ ਕੇ ਰੱਖਣਾ ਪੈਂਦਾ ਆਪਾਂ ਨੂੰ। ਕੱਥਾ ਹੁੰਦਾ, ਕੱਥਾ ਲਾ ਲਈਦਾ, ਅਤੇ ਜੇ ਰੁਮਾਲ ਰਮੂਲ ਨਾ ਬੰਨ ਕੇ, ਕਿਉਂਕਿ ਬੰਨ ਕੇ ਨਾ ਰੱਖੀਏ ਕੰਨ ਵੀਂਗਾ ਵੀ ਹੋ ਜਾਂਦਾ, ਇੱਦਾਂ ਨਾਲ ਜਿਹੜਾ ਬੱਝਾ ਰਵੇ। ਫਿਰ ਇਹ ਹੌਲੀ ਹੌਲੀ ਸਹੀ ਹੁੰਦਾ ਹੁੰਦਾ ਹੋ ਜਾਂਦਾ, ਫਿਰ ਇਹਦੇ ਵਿੱਚ ਖੂਨ ਜਿਹਾ ਭਰ ਜਾਂਦਾ, ਫੁੱਲ ਜਿਹਾ ਜਾਂਦਾ, ਉਹ ਵੀ ਕਈ ਵਾਰ ਫਿਰ ਡਾਕਟਰ ਤੋਂ ਆਪਾਂ ਨੂੰ ਸਰਿੰਜ ਨਾਲ ਕਢਾਉਣਾ ਪੈਂਦਾ। ਬੜਾ ਤੰਗ ਕਰਦਾ ਇਹ, ਕਿਹੜਾ ਸੌਖਾ ਕੰਮ ਇਹਦਾ। ਉਧਰ ਦੋਵੇਂ ਕੰਨ ਟੁੱਟੇ ਹੋਏ ਤੁਹਾਡੇ? ਹਾਂ, ਮੇਰੇ ਟੁੱਟੇ, ਦੋਵੇਂ ਆ ਵੀ ਟੁੱਟਾ। ਇਹ ਸੀਜ਼ਨ 'ਚ ਤਾਂ ਨਹੀਂ ਟੁੱਟਿਆ ਕਿਤੇ? ਕਿਉਂ ਨਾ, ਮੇਰੇ ਪਹਿਲਾਂ ਇਹ ਅਸਲ 'ਚ ਨਾ ਛੋਟੇ ਹੁੰਦੇ ਬੰਦੇ ਟੁੱਟ ਜਾਂਦੇ ਆ, ਉਦੋਂ ਪਹਿਲਾਂ ਟੁੱਟਿਆ ਚੰਗਾ ਹੈ, ਪਹਿਲਾਂ ਹੀ ਟੁੱਟਿਆ ਚੰਗਾ। ਸਟਾਰਡਮ ਦੇ ਵਿੱਚ ਆ ਕੇ ਟੁੱਟੇ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਖਰਾਬ ਕਰਦਾ, ਫਿਰ ਤਾਂ ਬਹੁਤ ਖਰਾਬ ਕਰਦਾ। ਅਤੇ ਉਦੋਂ ਉਮਰ ਹੌਲੀ ਹੁੰਦੀ ਹੈ ਨਾ, ਜਦੋਂ ਉਦੋਂ ਥੋੜ੍ਹੀਆਂ ਹੱਡੀਆਂ ਵੀ ਮੜੀਆਂ ਨੋਰਮਲ ਕਮਜ਼ੋਰ ਹੁੰਦੀਆਂ, ਅਤੇ ਇਹ ਜਦੋਂ ਮੰਨ ਲਓ ਆਪਾਂ ਸ਼ੁਰੂ ਸ਼ੁਰੂ ਕਰਦੇ ਉਦੋਂ ਟੁੱਟ ਟੁੱਟ ਜਾਂਦੇ ਆ, ਬਾਅਦ 'ਚ ਤਾਂ ਘੱਟ ਹੀ ਟੁੱਟਦੇ ਆ। ਸੋ ਭਲਵਾਨੀ ਦਾ ਫਿਰ ਚਾਹ ਹੁੰਦਾ, ਕੰਨ ਟੁੱਟੇ ਦਾ ਚਾਹ ਹੈ? ਹਾਂ, ਕੰਨ 'ਚ ਬੰਦੇ ਨੂੰ ਹੁੰਦਾ ਯਾਰ ਮੈਂ ਭਲਵਾਨ ਬਣ ਗਿਆ, ਮੈਂ ਜਿਸ ਤਰ੍ਹਾਂ ਮੇਰਾ ਪਿੰਡ ਹੀ ਹੁੰਦਾ ਉਦੋਂ ਮੈਂ, ਅਤੇ ਮੈਨੂੰ ਲੱਗੇ ਟੁੱਟ ਗਿਆ, ਮੈਂ ਦੋਵਾਂ ਤਿੰਨਾਂ ਨੂੰ ਵਿਖਾਵਾਂ ਵੀ ਯਾਰ ਟੁੱਟ ਗਿਆ ਭਲਾ, ਘਰੇ ਪਤਾ ਨਹੀਂ ਕੀ ਹੋ ਗਿਆ। ਅੱਛਾ, ਉਹਨਾਂ ਨੇ ਕਿਹਾ ਨਾ ਵੀ ਤੇਰਾ ਟੁੱਟ ਗਿਆ, ਜਦੋਂ ਤੂੰ ਟੌਂਡੀਆਂ ਪਿੱਟੀ ਨਾ, ਜਿਵੇਂ ਕੋਈ ਤਮਗਾ ਜਿੱਤ ਲਿਆਉਂਦਾ ਹੈ ਵੀ ਬੇੜਾ ਵੀ ਟੁੱਟ ਗਿਆ ਕੰਨ, ਵੀ ਮੈਂ ਘਰੇ ਪਰ ਵੀ ਕੰਨ ਮੇਰਾ ਟੁੱਟ ਗਿਆ। ਸੋ ਧਰਮ ਭਾਅ ਜੀ ਤੁਹਾਡਾ ਬੜੀ ਮਿਹਰਬਾਨੀ, ਤੁਸੀਂ ਮੈਨੂੰ ਸਮਾਂ ਦਿੱਤਾ। ਅਤੇ ਆਹ ਮਤਲਬ ਵੀ ਆਪਣਾ ਕਹਿੰਦੇ ਨੇ ਇਹ ਬੜਾ ਪੁਰਾਣਾ ਜਿਹਾ ਘਰ ਹੈ ਯਾਰ, ਹੈ ਨਾ? ਹਾਂਜੀ ਹਾਂਜੀ। ਇਹ ਕਿਤੇ ਤੁਹਾਡਾ ਤਾਂ ਮੈਨੂੰ ਲੱਗਦਾ ਨਹੀਂ ਹੈਗਾ, ਹੈ ਨਾ? ਹਾਂਜੀ ਹਾਂਜੀ। ਇਹ ਕਿਵੇਂ ਕਿ ਕਿੱਥੋਂ ਕਿ ਖੜਾ, ਕਿੱਦਾਂ ਕੀ ਇਤਿਹਾਸ ਹੈ ਇਸ ਘਰ ਦਾ? ਇਹ ਜਿੱਦਾਂ ਨਾ ਵੀ ਇਹ ਪਿੰਡ ਆ ਭਿੱਟੇ ਵੱਡ, ਜਿਹੜਾ ਖਾੜਾ ਹੈ ਉਹ ਖਵਾਲੀ ਹੈ, ਅਤੇ ਖਵਾਲੀ ਜਿਸ ਤਰ੍ਹਾਂ ਮਤਲਬ ਵੀ ਖਾੜਾ ਜਦੋਂ ਇਹ ਬਦਲ ਸਰਕਾਰ ਸੀ ਨਾ, ਉਦੋਂ ਉਹਨਾਂ ਗ੍ਰਾਂਟ ਦਿੱਤੀ ਸੀ 1,76,00,000 ਦੀ, ਉਹ ਸਾਰਾ ਦੁਬਾਰਾ ਨਵੇਂ ਸਿਰਿਓਂ ਤਿਆਰ ਹੁੰਦੇ ਅਸੀਂ ਉੱਥੇ ਰਹਿੰਦੇ ਹੁੰਦੇ, ਉਹ ਕਮਰੇ ਢਾਹ ਦੇ ਪਹਿਲੇ, ਉਹ ਮੈਂ ਢਾਲ ਹੂਲ 'ਤੇ ਬਣ ਗਿਆ, ਅਤੇ ਜਿਹੜਾ ਰਹਿਸ਼ ਦਾ ਹੋਸਟਲ ਉਹ ਬਣ ਦਿਆ, ਅਤੇ ਉਹ ਫਿਰ ਆਪਾਂ ਜਿਸ ਤਰ੍ਹਾਂ ਮਤਲਬ ਵੀ ਇਹ ਭਗਵਾਨ ਜੀ ਦੇ ਨਾਨਕਿਆਂ ਦਾ ਘਰ ਆ, ਪਦਾਰਥ ਭਗਵਾਨ ਦੇ, ਅਤੇ ਉਹਨਾਂ ਨੇ ਡੇਰਿਆਂ 'ਤੇ ਹੁਣ ਕੋਠੀਆਂ ਪਾ ਲਈਆਂ, ਅਤੇ ਉਹਨਾਂ ਇੱਦਾਂ ਭਲਵਾਨਾਂ ਲਈ ਛੱਡਤਾ ਫਿਰ, ਅਤੇ ਫਿਰ ਉੱਥੋਂ ਦੇ ਜੇ ਇੱਥੇ ਰਹਿੰਦੇ ਹੋ ਜਦੋਂ ਬਣ ਜੂ ਫਿਰ ਉੱਥੇ ਚੱਲ ਜਾਵਾਂਗੇ। ਉਹ ਫਿਰ ਉਹਨਾਂ ਦਾ ਘਰ ਆ ਪੁਰਾਣਾ ਹੀ, ਉਹਨਾਂ ਦੀਆਂ ਜਿਵੇਂ ਫੋਟੋਆਂ ਲੱਗੀਆਂ, ਸਿਹਰਾ ਵੀ ਭਗਵਾਨ ਦੇ ਮਾਮਾ ਜੀ ਦਾ ਅੱਗਾ, ਉਹ ਸਿਹਰਾ ਵੀ ਲੱਗਾ ਹੈ, ਅਤੇ ਇਹ ਦੂਜਾ ਉਹਨਾਂ ਦਾ ਘਰ ਹੈ ਪੁਰਾਣਾ। ਅੱਛਾ, ਆਹ ਸਿਹਰਾ? ਹਾਂਜੀ। ਇਹ ਕਿੰਨਾ ਕੁ ਪੁਰਾਣਾ ਹੋਊਗਾ ਬਾਈ? ਇਹ ਲਾ ਲਓ ਵੀ ਭਗਵਾਨ ਜੀ ਹੋਣਾ ਦੇ ਵੀ ਜਿਹੜੇ ਮਾਮਾ ਜੀ ਦੇ ਲੜਕੇ ਦਾ ਵਿਆਹ ਵੀ ਹੋ ਗਿਆ, ਅਤੇ ਲਾ ਲਓ ਵੀ 28-30 ਸਾਲ ਉਮਰ ਉਹਦੀ ਹੋ ਗਈ ਹੈ, ਅਤੇ ਜਦੋਂ ਵਿਆਹ ਹੋਇਆ ਹੋਊਗਾ ਕੋਈ 33-32 ਸਾਲ ਦੇ ਹੋਊਗਾ ਜੀ ਉਦੋਂ ਦੇ ਦੌਰਾਨ। ਆਹਣਾ ਯਾਰ ਕਮਾਲ ਆ, ਮਤਲਬ ਬਈ ਨਾ ਆਪਣੇ ਉਸਤਾਦ, ਇਹਦਾ ਇਹ ਬੜਾ ਫਾਇਦਾ ਵੀ ਇਹ ਬਾਲਿਆਂ ਦੇ ਸ਼ਾਦਰਾ ਠੰਡਾ ਬੜਾ ਰਹਿੰਦਾ ਕਮਰਾ, ਅਤੇ ਗਰਮੀਆਂ 'ਚ ਵੀ ਹੁਣ ਜਿਵੇਂ ਆ ਵੀ ਅੰਦਰ ਐਂ ਠੰਡੇ ਆ, ਅਤੇ ਸ਼ਾਹ 'ਚ ਤਾਂ ਚਲੋ ਗਰਮ ਹੁੰਦੀ ਹੈ ਠੰਡ, ਅਤੇ ਗਰਮੀਆਂ 'ਚ ਵੀ ਐਂ ਠੰਡੇ ਰਹਿੰਦੇ ਆ। ਟਾਨਾ ਨਾ ਜਿਹੜੀਆਂ ਆਹ ਬਾਈ, ਹਾਂਜੀ ਆਹ ਪੂਰੀਆਂ ਲਮਾਰੀਆਂ ਹੀ ਨੇ। ਹਾਂਜੀ ਹਾਂਜੀ। ਇਹ ਮਤਲਬ ਵੇਖੋ ਦੋਸਤੋ ਵੀ ਇਹ ਪੁਰਾਣਾ ਸਾਡਾ ਪੰਜਾਬ ਸੀ, ਇੱਦਾਂ ਦੀਆਂ ਟਾਣਾਂ ਹੁੰਦੀਆਂ ਸੀ, ਆਹ ਵੇਖੋ ਨਿੱਕੇ ਨਿੱਕੇ, ਇਹ ਮਤਲਬ ਹੁਣ ਸਾਡੀਆਂ ਬਣਨੋਂ ਹੀ ਹਟ ਗਈਆਂ, ਔਰ ਹਰ ਥਾਂ 'ਤੇ ਵੇਖੋ ਇੱਕ ਮਿਸਤਰੀ ਨੇ ਆਪਦੀ ਕਾਰਗੁਜ਼ਾਰੀ ਦਿਖਾਈ। ਸੋ ਇਸੇ ਘਰ ਸੰਭਾਲੇ ਜਾਣ, ਅਤੇ ਇੱਥੇ ਪਤਾ ਨਹੀਂ ਕਿੰਨੇ ਕੁ ਪਹਿਲਵਾਨ ਆਏ ਹੋਣੇ ਆ ਨਾ, ਜਿਹੜੇ ਵੱਡੇ ਵੱਡੇ ਤਰਨ, ਹੈ ਨਾ? ਅਤੇ ਸਭ ਨੂੰ ਸਲਾਮ, ਸਤਿ ਸ਼੍ਰੀ ਅਕਾਲ ਜੀ। ਬੜੀ ਮਿਹਰਬਾਨੀ ਤੁਸੀਂ ਆਏ ਜੋ ਇੱਥੇ, ਆਪਣਾ ਟਾਈਮ ਕੱਢ ਕੇ ਸਾਡੀ ਇੰਟਰਵਿਊ ਲਈ ਹੈ, ਅਤੇ ਸਤਿ ਸ਼੍ਰੀ ਅਕਾਲ।